सो परमेश्वर के प्रेमियों जब अज असि सर्वशक्तिमान परमेश्वर की महिमा करने के लिए जा रहे हैं कि वह सर्वशक्तिमान परमेश्वर जो उसकी महिमा की जाती है वह दयालु पिता परमेश्वर अपनी कृपा को उन्हें प्रेमियों के उत्ते बहाल करता है जेडे उसकी महिमा से वडियाई करते हैं। इसलिए जिवें रब का प्रेमी दाऊद जिहड़ा है बाइबल के विचों प्रमुख रहा जिसने दिल की चाह के नाल सिरजनहारे की वडियाई की और जिसके कारण परमेश्वर ने अपनी कृपा उपर अंश से पीढ़ी पीढ़ी बनाई रखिया क्योंकि दाऊद का यह जीवन सी कि दाऊद जिथे रब की वडियाई करता है जिथे सिरजनहारे की वडियाई करता महिमा करता है उत्थे उह सिरजनहारे के वचन भी अपने जीवन के रखता सी वचन के मुताबिक अपना जीवन बतीत करता सीगा बहुता समा वह प्रार्थना के विच भी बतीत करता सी जिहदे कारण परमेश्वर ने उहदी महिमा नूं उहदी वडियाई नूं प्रवान किया है। जिस तरह 119 ਜ਼ਬੂਰ ਉਹਦੀ 11 ਦੇ ਵਿੱਚ ਉਹ ਬਿਆਨ ਕਰਦਾ ਇਹ ਪਰਮੇਸ਼ਰ ਮੈਂ ਤੇਰੇ ਬੱਚੇ ਨੂੰ ਆਪਣੇ ਹਿਰਦੇ 'ਚ ਜਮ੍ਹਾਂ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ। 119 ਉਹਦੀ 72 ਦੇ ਵਿੱਚ ਬਿਆਨ ਕਰਦਾ ਤੇਰੀ ਬਾਣੀ ਮੈਨੂੰ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਾਂ ਤੋਂ ਵੀ ਚੰਗੀ ਹੈ। 105 ਦੇ ਵਿੱਚ ਵੀ ਉਹ ਬਿਆਨ ਕਰਦਾ ਹੈ ਕਿ ਪਰਮੇਸ਼ਰ ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਤੇ ਮੇਰੇ ਰਾਹ ਦਾ ਚਾਨਣ ਹੈ। 127 ਦੇ ਵਿੱਚ ਵੀ ਬਿਆਨ ਕਰਦਾ ਹੈ ਕਿ ਤੇਰਾ ਵਚਨ ਮੇਰੇ ਲਈ ਕੁੰਦਨ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਹੈ। और अपने जीवन के प्रार्थना च भी बहुता समा बतीत करता सी। जिस तरह 141 ਜ਼ਬੂਰ ਦੀ 3 ਦੇ ਵਿੱਚ ਬਿਆਨ ਕਰਦਾ हे परमेश्वर मेरे मुंह ते पैरा बिठा दे मेरे बोलां दे दर उत्ते राखा रख दे तां कि कोई बुरी गल मेरे मुंह दे विचों ना निकले। 119 ਜ਼ਬੂਰ ਦੇ ਵਿੱਚ ਬਿਆਨ ਕਰਦਾ ਹੈ ਕਿ ਪਰਮੇਸ਼ਰ ਮੈਂ ਪਉ ਫੁੱਟਣ ਤੋਂ ਪਹਿਲਾਂ ਉੱਠਿਆ ਤੇ ਤੇਰੀ ਦੁਹਾਈ ਦਿੱਤੀ ਹੈ। ਉਹ ਸਦਾ ਪਰਮੇਸ਼ਰ ਦੇ ਵਿੱਚ ਲੀਨ ਰਹਿੰਦਾ ਸੀ। 5 ਜ਼ਬੂਰ ਦੀ 3 ਦੇ ਵਿੱਚ ਵੀ ਬਿਆਨ ਕਰਦਾ ਮੈਂ ਤੜਕੇ ਉੱਠ ਕੇ ਪਰਮੇਸ਼ਰ ਨੂੰ ਉਡੀਕਿਆ ਤੇ ਉਸਨੇ ਮੇਰੀ ਦੁਹਾਈ ਨੂੰ ਸੁਣਿਆ। ਮੇਰੇ ਭਾਈ ਭੈਣੋ ਜਿੱਥੇ ਉਹ ਰੱਬ ਦੀ ਵਡਿਆਈ ਕਰਦਾ ਹੈ ਉੱਥੇ ਪਰਮੇਸ਼ਰ ਦੀ ਬਾਣੀ ਨੂੰ ਵੀ ਆਪਣੇ ਜੀਵਨ 'ਚ ਰੱਖਦਾ ਸੀ। ਬਹੁਤਾ ਸਮਾਂ ਪ੍ਰਾਰਥਨਾ ਦੇ ਵਿੱਚ ਬਤੀਤ ਕਰਦਾ ਸੀਗਾ ਜਿਹਦੇ ਕਾਰਨ ਪਰਮੇਸ਼ਰ ਨੇ ਉਸਦੀ ਮਹਿਮਾ ਨੂੰ ਪ੍ਰਵਾਨ ਕੀਤਾ ਉਸਦੀ ਵਡਿਆਈ ਦੀ ਭੇਟ ਨੂੰ ਜਿਹੜਾ ਪ੍ਰਵਾਨ ਕੀਤਾ ਹੈ। ਇਸ ਤਰ੍ਹਾਂ ਜਦੋਂ ਅਸੀਂ ਵੀ ਦਿਲ ਦੀ ਚਾਹ ਦੇ ਨਾਲ ਉਹਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਰੱਖ ਕੇ ਸਿਰਜਣਹਾਰੇ ਦੀ ਵਡਿਆਈ ਕਰਾਂਗੇ ਧੰਨਵਾਦ ਦੀਆਂ ਭੇਟਾਂ ਚੜਾਵਾਂਗੇ ਤੇ ਸਿਰਜਣਹਾਰਾ ਸਾਡੀਆਂ ਵੀ ਭੇਟਾਂ ਨੂੰ ਪ੍ਰਵਾਨ ਕਰੇਗਾ। ਜਰੂਸ਼ਲਮ ਦੇ ਵਿੱਚ ਜਦ ਸੁਲੇਮਾਨ ਨੇ ਹੈਕਲ ਬਣਾਈ 120 ਦੇ ਕਰੀਬ ਜਾਜਕ ਜਦ ਇੱਕ ਮਨ ਤਨ ਹੋ ਕੇ ਉਹਨਾਂ ਨੇ ਉੱਚੀ ਸੁਰ ਦੇ ਨਾਲ ਰੱਬ ਦੀ ਵਡਿਆਈ ਕੀਤੀ ਯਹੋਵਾ ਦੀ ਦਇਆ ਸਦਾ ਦੀ ਹੈ ਜੋ ਭਲਾ ਹੈ ਤੇ ਲਿਖਿਆ ਕਿ ਪਰਮੇਸ਼ਰ ਦਾ ਪ੍ਰਤਾਪ ਜਿਹੜਾ ਉਸ ਭਵਨ ਦੇ ਵਿੱਚ ਉਤਰਿਆ। ਪੌਲਸ ਤੇ ਸਿਲਾਸ ਜਾਂ ਜੇਲ ਦੇ ਵਿੱਚ ਬੰਦ ਸੀ ਉਹਨਾਂ ਨੇ ਦੋਨਾਂ ਨੇ ਮਿਲ ਕੇ ਜਦੋਂ ਪ੍ਰਾਰਥਨਾ ਕੀਤੀ ਤਾਂ ਭਜਨ ਗਾਇਆ ਤੇ ਲਿਖਿਆ ਕਿ ਪਰਮੇਸ਼ਰ ਦਾ ਪਵਿੱਤਰ ਆਤਮਾ ਉਤਰਿਆ ਉਹਦੀ ਸ਼ਕਤੀ ਉਤਰੀ ਜੇਲ ਦੀਆਂ ਨੀਹਾਂ ਹਿੱਲ ਗਈਆਂ और परमेश्वर ने अपनी कृपा नूं बहाल किया। संत पौलुस के जीवन च भी यह पाया गया जिस तरह थसलुनीके दी पत्री च भी बयान करता कि हर हाल च धन्नवाद करिया करो। और जदों कैद तो बाहर सी उदों भी दिल दी चाह नाल रब दी वडियाई करता कलाम दसदा सी और जदों कैद दे विच आया उदों भी वह कैदियां नूं परमेश्वर की बाणी सुणाउंदा जिहदे कारण परमेश्वर ने उहदी भेट नूं ਉਹਦੀਆਂ ਧੰਨਵਾਦ ਦੀਆਂ ਭੇਟਾਂ ਨੂੰ ਉਹਦੀ ਮਹਿਮਾ ਨੂੰ ਜਿਹੜਾ ਕਹਿਤ ਦੇ ਵਿੱਚ ਕਰਦਾ ਸੀ ਪਰਮੇਸ਼ਰ ਨੇ ਪ੍ਰਵਾਨ ਕੀਤਾ ਹੈ। ਇਸ ਲਈ ਮੇਰੇ ਭਾਈ ਭੈਣੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਰ ਸਾਡੇ ਤੇ ਵੀ ਕਿਰਪਾ ਕਰੇ ਤੇ ਸਾਡੇ ਲਈ ਜ਼ਰੂਰੀ ਆ ਜਿੱਥੇ ਅਸੀਂ ਉਹਦੀ ਮਹਿਮਾ ਭਜਨ ਗਾ ਕੇ ਕਰਦੇ ਹਾਂ ਉੱਥੇ ਜ਼ਰੂਰੀ ਆ ਅਸੀਂ ਉਹਦੀ ਬਾਣੀ ਨੂੰ ਵੀ ਆਪਣੇ ਜੀਵਨ ਦੇ ਵਿੱਚ ਰੱਖੀਏ। ਜਿਸ ਤਰ੍ਹਾਂ ਆਦਮ ਦੇ ਪੁੱਤਰ ਹਾਵਲ ਨੇ ਪਰਮੇਸ਼ਰ ਦੇ ਅੱਗੇ ਜਦੋਂ ਭੇਟ ਚੜਾਈ ਆ ਜਿੱਥੇ ਉਹਨੇ ਵਧੀਆ ਝੇਟ ਭੇਟ ਚੜਾਈ ਆ ਉੱਥੇ ਹਾਵਲ ਦਾ ਜੀਵਨ ਵੀ ਵਧੀਆ ਸੀ ਪਰਮੇਸ਼ਰ ਦੇ ਮਨ ਭਾਉਂਦਾ ਸੀ ਜਿਸ ਕਾਰਨ ਪਰਮੇਸ਼ਰ ਨੇ ਪਹਿਲੀ ਭੇਟ ਹਾਵਲ ਦੀ ਜਿਹੜੀ ਆ ਉਹ ਪ੍ਰਵਾਨ ਕੀਤੀ ਹੈ। ਇਸ ਲਈ ਮੇਰੇ ਭਾਈ ਭੈਣੋ ਪਰਮੇਸ਼ਰ ਅੱਜ ਸਾਡੀ ਮਹਿਮਾ ਨੂੰ ਵੀ ਜੇਕਰ ਅਸੀਂ ਉਹਦੀ ਵਡਿਆਈ ਕਰਾਂਗੇ ਉਹਦੇ ਭਜਨ ਗਾਵਾਂਗੇ ਤੇ ਉਹ ਪ੍ਰਵਾਨ ਕਰੇਗਾ ਬਦਲੇ 'ਚ ਸਵਰਗਾਂ ਤੋਂ ਆਪਣੀ ਕਿਰਪਾ ਬਹਾਲ ਕਰੇਗਾ। ਪਰ ਇਹਦੇ ਲਈ ਜ਼ਰੂਰੀ ਆ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ ਦਿਲ ਦੀ ਸਧਿਆਈ ਦੇ ਨਾਲ ਉਹਦੀ ਵਡਿਆਈ ਕਰੀਏ। 16 ਸਾਲਾਂ ਦੇ ਤਜਰਬੇ ਨਾਲ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਨੇ ਜਿਹੜੇ ਸੱਚਾਈ ਦੇ ਰਸਤੇ ਤੇ ਚੱਲਦੇ ਨੇ ਪਰਮੇਸ਼ਰ ਉਹਨਾਂ ਨੂੰ ਇੰਨਾ ਪਿਆਰ ਕਰਦਾ ਹੈ ਇੰਨਾ ਪਿਆਰ ਕਰਦਾ ਆ ਕਿ ਉਹਨਾਂ ਦੇ ਨਾਂ ਆਪਣੀਆਂ ਹਥੇਲੀਆਂ ਦੇ ਉੱਤੇ ਉੱਕਰ ਲੈਂਦਾ ਹੈ। ਇਸ ਲਈ ਮੇਰੇ ਭਾਈ ਭੈਣੋ ਜੇਕਰ ਅਸੀਂ ਵੀ ਉਹਦੇ ਮਨ ਭਾਉਂਦੇ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਇਹਨਾਂ ਪ੍ਰੇਮੀਆਂ ਦੇ ਜੀਵਨ ਤੋਂ ਸਿੱਖਣ ਦੀ ਜ਼ਰੂਰਤ ਹੈ। ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਆਓ ਅਸੀਂ ਸਾਰੀ ਅੱਖਾਂ ਨੂੰ ਬੰਦ ਕਰਾਂਗੇ ਤੇ ਪ੍ਰਾਰਥਨਾ ਕਰਾਂਗੇ ਤਾਂ ਕਿ ਪਰਮੇਸ਼ਰ ਇਸ ਸੀਡੀ ਦੇ ਦੁਆਰਾ ਸਾਰਿਆਂ ਨੂੰ ਆਸ਼ੀਸ਼ ਦੇਵੇ। ਦਿਆਲੂ ਪਿਤਾ ਪਰਮੇਸ਼ਰ
ਜਦੋਂ ਹੁਣ ਤੁਹਾਡੇ ਦਾਸ ਤੁਹਾਡੀ ਮਹਿਮਾ ਦੇ ਲਈ ਸ਼ਬਦ ਗਾਉਣ ਤੇ ਇਹ ਭਜਨਾਂ ਦੀ ਵੀਡੀਓ ਸੀਡੀ ਤਿਆਰ ਕੀਤੀ ਜਾਵੇ, ਇਸ ਸਾਰੇ ਦੇ ਵਿੱਚ ਵੱਡੀ ਕਿਰਪਾ ਕਰੋ ਤੇ ਜਿਹੜੇ ਭਾਈ ਭੈਣ ਇਸ ਸੀਡੀ ਨੂੰ ਦੇਖਣ ਸੁਣ ਉਹਨਾਂ ਸਾਰਿਆਂ ਨੂੰ ਸ਼ਾਂਤੀ ਮਿਲੇ ਔਰ ਦੁੱਖਾਂ ਤੋਂ ਛੁਟਕਾਰਾ ਮਿਲੇ ਔਰ ਪਾਪਾਂ ਤੋਂ ਮੁਕਤੀ ਮਿਲੇ। ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਚ ਮੰਗਦੇ ਹਾਂ, ਆਮੀਨ।